ਕਰਾਸ ਸੋਸਾਇਟੀ ਤਰਨਤਾਰਨ ਵੱਲੋਂ ਸਿਵਲ ਹਸਪਤਾਲ ਤਰਨਤਾਰਨ ਵਿਖੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ। ਏਡੀਸੀ ਰਾਜੇਸ਼ ਸ਼ਰਮਾ ਨੇ ਕੈਂਪ ਦੀ ਸ਼ੁਰੂਆਤ ਕੀਤੀ। ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਕੈਂਪ 'ਚ ਭਾਗ ਲਿਆ, ਖੂਨਦਾਨ ਕੀਤਾ। ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਟੀ ਐੱਸ ਰਾਜਾ, SMO ਡਾਕਟਰ ਇੰਦਰ ਮੋਹਨ ਗੁਪਤਾ ਸਮੇਤ ਕਈ ਲੋਕ ਮੌਜੂਦ ਸਨ। ਜੇ ਸਾਡੇ ਰੈੱਡ ਕਰਾਸ ਸੋਸਾਇਟੀ ਤਰਨ ਤਾਰਨ ਵੱਲੋਂ ਸਿਵਲ ਹੋਸਪਿਟਲ ਵਿੱਚ ਕੈਂਪ ਲਗਾਇਆ ਗਿਆ, ਜਿਸ 'ਤੇ ਤਕਰੀਬਨ 56 ਡੋਨਰ ਆਏ ਨੇ, ਜਿਹੜੇ ਕਿ ਬਲੱਡ ਡੋਨੇਟ ਕਰ ਰਹੇ ਨੇ। ਔਰ ਇਹਨਾਂ 'ਚ ਮੋਸਟਲੀ ਫਸਟ ਟਾਈਮ ਡੋਨੇਟਰ ਜ਼ਿਆਦਾ ਨੇ, ਔਰ ਇਹ ਇੱਕ ਬੜਾ ਹੀ ਨੋਬਲ ਕੌਜ਼ ਹੈ, ਕਿਉਂਕਿ ਅੱਜ ਕੱਲ੍ਹ ਜਿਸ ਤਰ੍ਹਾਂ ਦੇ ਹਾਲਾਤ ਨੇ, ਟ੍ਰੈਫਿਕ ਜੋ ਸਿਸਟਮ ਚੱਲ ਰਿਹਾ, ਫੌਗੀ ਸੀਜ਼ਨ ਹੈ, ਐਕਸੀਡੈਂਟ ਬਹੁਤ ਹੋ ਰਹੇ ਨੇ, ਇਸ ਕਰਕੇ ਸਾਨੂੰ ਬਲੱਡ ਦੀ ਬਹੁਤ ਜ਼ਰੂਰਤ ਰਹਿੰਦੀ ਹੈ। ਹੁਣ ਸਾਡੇ ਕੋਲ ਰੈੱਡ ਕਰਾਸ ਕੋਲ ਇਸ ਲਈ 1000 ਤੋਂ ਜ਼ਿਆਦਾ ਡੋਨਰ ਨੇ, ਇਸ ਕਰਕੇ ਪਬਲਿਕ ਨੂੰ ਜਦੋਂ ਵੀ ਕਿਤੇ ਵੀ ਕਿਸੇ ਤਰ੍ਹਾਂ ਦੇ ਬਲੱਡ ਦੀ ਜ਼ਰੂਰਤ ਪੈਂਦੀ ਹੈ, ਇਮੀਡੀਏਟਲੀ ਸਾਡੇ ਜਿਹੜੇ ਬਲੱਡ ਬੈਂਕ ਹੈ ਉਹਨਾਂ ਨੂੰ ਸਪਲਾਈ ਕਰਦੇ ਨੇ। ਔਰ ਜਿਹੜਾ ਵੀ ਡੋਨੇਟ ਕਰ ਰਹੇ ਨੇ, ਇਹ ਬੜਾ ਸੋਸ਼ਲ ਕੌਜ਼ ਕਰ ਰਹੇ ਨੇ, ਇਹ ਬਹੁਤ ਹੀ ਭਲਾਈ ਦਾ ਕੰਮ ਹੈ।